ਪੁਲਿਸ ਦੇ ਵਿੱਚ ਕਟਿੰਗ ਐਜ ਲੈਵਲ 'ਤੇ ਸਾਡੇ ਮੁਲਾਜ਼ਮ ਕੰਮ ਕਰਦੇ ਨੇ, ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕੋਗਨਾਈਜ਼ ਨਹੀਂ ਹੁੰਦਾ। ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹ ਟੀਮ ਵਰਕ ਹੈ, ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ, ਜੇ ਅਸੀਂ ਉਹਨੂੰ ਰੈਕੋਗਨਾਈਜ਼ ਕਰ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ। ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ, ਸਾਡੇ ਮਾਨਯੋਗ CM ਸਾਹਿਬ ਦੀ ਜ਼ੀਰੋ ਟੋਲਰੈਂਸ ਪੋਲਿਸੀ ਹੈ ਟੂਵਰਡਸ ਕ੍ਰਾਈਮ ਐਂਡ ਡਰੱਗਸ। ਇੱਕ ਹਫ਼ਤੇ ਤੋਂ ਮੈਂ ਇੱਥੇ ਜੁਆਇਨ ਕੀਤਾ, ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਅਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦਿਆਂ ਨੇ ਇੰਨਾ ਅੱਛਾ ਕੰਮ ਕੀਤਾ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ, ਉਹ ਗੱਲ ਹਾਈਲਾਈਟ ਵੀ ਕਰਨੀ ਸੀ ਅਤੇ ਇਹਨਾਂ ਨੂੰ ਰੈਕੋਗਨਾਈਜ਼ ਵੀ ਕਰਨਾ ਸੀਗਾ। ਉਹਦੇ ਜੇ ਆਪਾਂ ਝਾਤੀ ਮਾਰੀਏ ਕਿ ਜਿਵੇਂ ਸੁਲਤਾਨਵਿੰਡ ਤੋਂ ਸ਼ੁਰੂ ਕੀਤਾ, ਉੱਥੇ ਜੋ ਸਨੈਚਰਸ ਭੱਜੇ ਸਨੈਚਿੰਗ ਕਰਕੇ ਅਤੇ ਮੁੰਡਿਆਂ ਨੇ ਨਹਿਰ 'ਚ ਉਹਨਾਂ ਨੇ ਛਾਲ ਮਾਰਤੀ, ਇਹ ਉਹਨਾਂ ਨੇ ਮਗਰ ਮਾਰਤੀ। ਸੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਕੀਤੀ। ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬੋਆਏ ਦਾ ਐਕਟੀਵਾ ਗਨ ਪੁਆਇੰਟ 'ਤੇ ਖੋਇਆ ਗਿਆ, ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾਂ ਨੇ ਉਹਨੂੰ ਫੜਿਆ, ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ। ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਓਨਰ ਕੀਤਾ ਹੈ। ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ ਮੀਡੀਆ 'ਤੇ ਜਾਂਦਾ ਹੈ ਹੌਸਲਾ ਬੁਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ। ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ਲ ਕੁਆਂਟਿਟੀ ਦੀ ਹੀਰੋਇਨ ਫੜੀ, ਉਹ ਮੁਲਾਜ਼ਮ ਦੇ ਸੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ। ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ, ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਸ਼ਾਇਦ ਇਹ ਗੱਲ ਇੰਨੀ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ। ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ ਅਲੱਗ NDPS ਦੇ ਕੇਸ ਹੋਏ, 66 ਦੇ ਵਿੱਚ ਹੋਇਆ ਜੋ ਕੁਦਰਤੀ ਗਵਰਨਰ ਸਾਹਿਬ ਦਾ ਰੂਟ ਆ ਨਹੀਂ ਆ ਸਕੀ 66 ਦੇ SHO 'ਤੇ, ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ, ਵਰਨਾ ਉਹ 'ਚੋਂ ਚਾਹੇ ਹੀਰੋਇਨ ਘੱਟ ਕੁਆਂਟਿਟੀ ਦੀ ਮਿਲੀ ਪਰ ਕੈਸ਼ ਮਿਲ ਗਿਆ। ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਕਜਿਸ 'ਤੇ ਗਏ ਉੱਥੇ ਕੰਡਾ ਵੀ ਮਿਲ ਗਿਆ, ਬੰਦੇ ਭੱਜ ਗਏ, ਨੈਚੁਰਲੀ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇ ਗਏ, ਬਟ ਅੱਛਾ ਫੋਲੋਅਪ ਐਕਸ਼ਨ ਤਾਂ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੱਦੇਨਜ਼ਰ ਰੱਖਦੇ ਕੀਤਾ। ਮੂਕਮਪੁਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮੁਕੱਦਮੇ ਦਰਜ ਸੀ ਬੰਦੇ ਦੇ, 39 ਕੇਸਾਂ ਦੇ ਵਿੱਚ ਵਾਂਟਡ ਸੀਗੇ, ਇੱਕ ਗਨ ਮਿਲੀ, ਇੱਕ ਪਿਸਤੌਲ ਮਿਲਿਆ, ਸਾਰੀ ਪਿਛਲੀ ਗੱਲਬਾਤ ਚੱਲੀ। ਇਸ ਤੋਂ ਇਲਾਵਾ ਇਹਨਾਂ ਨੇ ਛਾਟੇ ਵਾਲਿਆਂ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗ ਸਮਗਲਰ ਸੀ, ਉੱਥੇ ਆਰਾਮ ਨਾਲ ਕਿਸੇ ਕਾਲੋਨੀ 'ਚ ਰਹਿ ਰਿਹਾ ਸੀਗਾ, ਜਦੋਂ ਆਪਾਂ ਕੈਸੋ ਕੋਡਨ ਸਰਚ ਓਪਰੇਸ਼ਨ ਕਰਦੇ ਹਾਂ ਉਹਦੇ 'ਚ ਉਹ ਵੀ ਬੰਦਾ ਟਰੇਸ ਹੋਇਆ। ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ, ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਜ਼ ਵੈਰੀ ਹੈਪੀ ਕਿ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਸੀ ਕਹਿਣਾ ਵੀ ਤੁਸੀਂ ਕੀਤਾ ਨਹੀਂ ਕੀਤਾ। ਡਰੱਗ ਫੜੀ, ਉੱਤੋਂ ਰਿਕਵਰੀ ਹੋਈ, ਮੌਕੇ 'ਤੇ ਆਫਿਸਰਸ ਬੁਲਾਏ ਉਹਨਾਂ ਨੇ, ਤਾਂ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤਨਦੇਹੀ ਨਾਲ ਔਰ ਮਨ ਨਾਲ ਡਿਊਟੀ ਕਰ ਰਹੇ ਹਾਂ। ਸੋ ਜੇਕਰ ਆਪਾਂ ਹਫ਼ਤੇ ਦੀ ਕਾਰਗੁਜ਼ਾਰੀ ਦੇਖੀਏ ਤਾਂ NDPS ਦੇ 7 ਮੁਕੱਦਮੇ ਦਰਜ ਕੀਤੇ ਗਏ, 14 ਸਮਗਲਰ ਫੜੇ ਗਏ, ਇਹਨਾਂ ਤੋਂ ਮੇਨ ਡਰੱਗ ਮਨੀ ਬੜੀ ਫੜੀ ਗਈ ਹੈ, ਚਾਹੇ ਹੀਰੋਇਨ ਦੀ ਕੁਆਂਟਿਟੀ ਘੱਟ ਵੀ ਸੀ, 17,52,690 ਰੁਪਏ। ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ, ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘੱਟ ਵੀ ਹੁੰਦੀ ਹੈ,
ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ, 4 ਮੁਕੱਦਮੇ ਦਰਜ ਕੀਤੇ ਗਏ, 12 ਦੋਸ਼ੀ ਫੜੇ ਗਏ, ਆਰਮਜ਼ ਐਕਟ, 7 ਵੈਪਨ ਔਰ 5 ਮੈਗਜ਼ੀਨ, 37 ਕਾਰਤੂਸ, ਪਿਸਟਲ, ਰਿਵਾਲਵਰ ਅਤੇ ਗਨ। ਸਨੈਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ, ਕਿਉਂਕਿ ਸਨੈਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ। ਔਰ ਤੁਹਾਡੇ ਨਾਲ ਮੈਂ ਇਹ ਕੱਲ੍ਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ, ਸਾਡੇ ਕੰਟਰੋਲ ਰੂਮ 'ਤੇ ਕਾਲਸ ਆਉਂਦੀਆਂ 112 'ਤੇ, ਉਹ ਤੋਂ ਕਾਫੀ ਮੈਂ ਡਿਟੇਲ ਡੇਟਾ ਦੇਖਦਾ ਰਹਿੰਦਾ। ਕਈ ਵਾਰੀ ਕੋਈ ਲੋਕ ਹੀ ਥਾਣੇ ਨਹੀਂ ਵੀ ਜਾਂਦੇ, ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਹੈ। ਸੋ ਪਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਔਫਿਸਰਸ ਨੇ, ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਣੀ ਹੋਈ, ਰਾਦਰ ਫੰਡ 'ਚ ਕਾਮਯਾਬ ਆਪਾਂ ਹੋਏ ਹਾਂ। 6 ਕੇਸਾਂ 'ਚ 26 ਸਨੈਚਰ, ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ, ਜਿਹੜੀ ਮੁੱਲ ਦੀਆਂ ਚੀਜ਼ਾਂ, ਦੈਟ ਇਜ਼ ਵੈਰੀ ਗੁੱਡ। ਗੈਂਬਲਿੰਗ ਐਕਟ 'ਚ 5 ਮੁਕੱਦਮੇ ਦਰਜ ਕੀਤੇ, 27 ਬੰਦੇ ਫੜੇ, 1,08,000 ਰੁਪਇਆ ਉਹਦੇ 'ਚ ਵੀ ਰਿਕਵਰ ਹੋਇਆ ਯੂ ਏ 'ਚ। ਪ੍ਰਿਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ, ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਹਾਂ, ਜਿਹੜੇ ਵਾਰ ਵਾਰ ਆ ਕੇ ਕ੍ਰਾਈਮ ਕਰਦੇ ਆ, 74 ਬੰਦਿਆਂ ਦੇ ਖਿਲਾਫ਼ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਇਸ ਹਫ਼ਤੇ ਦੇ ਵਿੱਚ। ਪੀਓ ਜੇ ਦੇਖੀਏ, ਭਗੌੜੇ ਜਿਹੜੇ ਆ ਉਹਦੇ ਵਿੱਚ NDPS ਅਤੇ ਹੋਰ ਧਾਰਾਵਾਂ 7 ਭਗੌੜੇ ਫੜੇ ਗਏ, ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫ਼ਤੇ ਦੀ ਦੇਖੀਏ ਆਪਾਂ। ਪੁਰਾਣੇ ਮੁਕੱਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੰਦੇ ਹਾਂ ਕਿ ਜਿਹੜੇ ਸਾਡੇ ਓਲਡ ਕੇਸਿਸ ਨੇ, ਜਿਹ 'ਚ ਕੁਛ ਬੰਦੇ ਫੜੇ ਗਏ ਪਰ ਕੁਛ ਰਹਿੰਦੇ ਵੀ ਹੈ, ਉਹ ਵੀ ਇਹੀ ਕੰਮ ਕਰ ਰਹੇ ਹੁੰਦੇ, ਸਪੈਸ਼ਲੀ NDPS ਹੈ ਜਾਂ ਕੋਈ 307 ਹੈ, ਉਹਦੇ 'ਚ ਵੀ ਇਸ ਹਫ਼ਤੇ 'ਚ 85 ਦੋਸ਼ੀ ਫੜੇ ਗਏ, 85। ਇਹਨਾਂ 'ਚ ਕੁੱਲ 130 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ, ਅਤੇ 85 ਇਸ ਹਫ਼ਤੇ 'ਚ ਫੜੇ ਗਏ, ਅਤੇ ਦੈਟ ਇਜ਼ ਅ ਗੁੱਡ ਅਚੀਵਮੈਂਟ। ਫਿਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਹੈ, ਜਿਹੜਾ ਉਹ ਸੰਗੀਨ ਜੁਰਮ ਵਾਲਾ 39 ਕੇਸਿਸ ਜਿਹਦੇ ਬੰਦਿਆਂ ਦੇ ਖਿਲਾਫ਼ ਸੀ 2, ਔਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ, ਕਿਉਂਕਿ ਸਾਡਾ ਪੈਸਿਆਂ ਦਾ ਰੌਲਾ ਪੈ ਗਿਆ, ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਦੇ, ਹੀਨੀਅਸ ਕ੍ਰਾਈਮ ਹੈ, ਉਹਨੇ ਰਿਪੋਰਟ ਨਹੀਂ ਕੀਤਾ ਹੋਣਾ ਨੈਚੁਰਲੀ, ਉਹ ਵੀ ਅਸੀਂ ਹੁਣ ਟਰੇਸ ਕਰ ਰਹੇ ਵੀ ਉਹ ਬੰਦਾ ਕੌਣ ਸੀਗਾ, ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ, ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੀ। ਆਪਾਂ ਟ੍ਰੈਫਿਕ ਦੇ 'ਤੇ ਜਿਹੜੀ ਸਾਡਾ ਇੰਪੈਕਟ ਹੈ ਸਨੈਚਿੰਗ ਦੇ ਉੱਤੇ, ਉਹਦੇ 'ਤੇ ਆਪਾਂ ਕੀ ਕਰ ਰਹੇ ਹਾਂ ਕਿ ਜਿਹੜੇ ਵਿਦਾਊਟ ਪੇਪਰਸ ਜਿਹੜੇ ਕ੍ਰਿਮੀਨਲ ਐਲੀਮੈਂਟਸ ਘੁੰਮ ਰਹੇ ਹੈ, ਜਾਂ ਕਿਸੇ ਨੇ ਨੰਬਰ ਪਲੇਟ ਸਹੀ ਨਹੀਂ ਲਾਈ ਜਾਂ ਮਿੱਟੀ ਲਾਈ ਹੋਈ ਹੈ, ਉਹ ਅਸੀਂ ਸਪੈਸ਼ਲ ਡਰਾਈਵ ਚਲਾਈ ਸੀ ਕਿ ਅਸੀਂ ਜਿਹੜੇ 2-ਵੀਲਰ ਉਹ ਇੰਪਾਊਂਡ ਕਰੀਏ। ਸੋ ਉਹਦੇ 'ਚ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ 118 ਇਹੋ ਜਿਹੇ 2-ਵੀਲਰ ਹੈ ਜਿਹੜੇ ਇੰਪਾਊਂਡ ਕੀਤੇ ਗਏ ਵਿਨ 1 ਵੀਕ। ਸੋ ਉਹਦਾ ਇੰਪੈਕਟ ਹੀ ਇਹ ਹੋਇਆ ਕਿ ਨੈਚੁਰਲੀ ਸਨੈਚਿੰਗ ਦੇ ਉੱਤੇ ਉਹਦਾ ਫਰਕ ਪਿਆ, ਜਿਹੜਾ ਸਟਰੀਟ ਕ੍ਰਾਈਮ ਹੈ। ਸੋ ਮੇਰਾ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਇਨਵਾਈਟ ਕਰਨ ਦਾ, ਦੱਸਿਆ ਜੀ ਦੱਸਿਆ ਮੈਂ ਉਹ ਮੈਂ ਅੱਜ ਤਾਂ ਨਹੀਂ ਦੱਸਿਆ ਬਿਕੋਜ਼ ਉਹਦੀ ਪ੍ਰੈਸ ਕਾਨਫਰੰਸ ਵੀ ਹੋਣੀ ਹੈ, ਕਮਰਸ਼ਲ ਕੁਆਂਟਿਟੀ ਦੀ ਹੈ, ਅਤੇ ਉਹ ਮੈਂ ਵੈਸੇ ਵਿੱਚ ਜ਼ਿਕਰ ਕਰ ਦਿੱਤਾ ਸੀਗਾ ਵੀ ਉਹ ਤਾਂ ਹੀ ਮੁੰਡੇ 'ਤੇ ਸੱਟ ਵੱਜੀ, ਉਹ ਤਾਂ ਮੈਂ ਦੱਸਿਆ ਸ਼ੁਰੂ 'ਚ। ਸੋ ਮੇਰਾ ਕਹਿਣ ਦਾ ਮਕਸਦ ਹੈ, ਸਾਡਾ ਇਹ ਮੋਟੀਵੇਟਿੰਗ ਪਾਰਟ ਵੀ ਬੜਾ ਜ਼ਰੂਰੀ ਹੈ, ਸਾਡੇ ਮੁਲਾਜ਼ਮਾਂ ਨੂੰ, ਫੋਰਸ ਨੂੰ ਪਤਾ ਲੱਗੇ, ਇਹਨਾਂ ਦੇ ਘਰਦਿਆਂ ਤੱਕ ਵੀ ਇਹ ਗੱਲ ਜਾਵੇ ਕਿ ਦੇਖੋ ਮੁਲਾਜ਼ਮ ਸਾਡੇ ਇੰਨੇ ਦਿਨ ਰਾਤ ਡਿਊਟੀ ਕਰਦੇ ਆ, ਅਤੇ ਉਹਨਾਂ ਦੀ ਰੈਕੋਗਨੀਸ਼ਨ ਵੀ। ਸੋ ਇਹ ਸੀ ਮੇਨ ਗੱਲ। ਚੋਰੀ ਦੀਆਂ ਗੱਡੀਆਂ ਨੂੰ ਰਜਿਸਟਰ ਕੀਤਾ ਜਾਂਦਾ,
ਇੱਕ ਜਿਹੜਾ ਮੋਟਰ ਵਹੀਕਲ ਕਲਰਕ ਉਹਨੂੰ ਉਹਦੇ 'ਤੇ ਦੋਸ਼ ਲੱਗੇ ਅਤੇ ਐਸ ਡੀ ਐਮ ਦੇ ਉੱਪਰ ਵੀ ਲੱਗੇ ਹੈ, ਜਿਹਦੇ ਮਾਨਯੋਗ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਨੇ ਉਹਦੀ ਜਾਂਚ ਹੋਈ ਜਾਏਗੀ। ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈ ਇਹਨਾਂ ਦੇ ਉੱਤੇ ਵੀ ਕਿਵੇਂ ਤੁਸੀਂ ਕੰਟਰੋਲ ਕਰੋਗੇ ਜਿਹੜੇ ਸਰਕਾਰੀ ਬੰਦੇ ਕੰਮ ਕਰ ਰਹੇ? ਦੇਖੋ, ਆਪਾਂ ਮੰਨਦੇ ਹਾਂ ਕਿ ਹਰ ਜਗ੍ਹਾ ਬਲੈਕ ਸ਼ੀਪ ਹੁੰਦੀ ਹੈ, ਸੋ ਜਿੱਥੇ ਵੀ ਆਪਣੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਆਪਾਂ ਕਿਸੇ ਨੂੰ ਸਪੇਅਰ ਨਹੀਂ ਕਰਦੇ ਔਰ ਨਾ ਹੀ ਕਰਾਂਗੇ। ਐਸ ਐਸ ਪੀ ਦਿਹਾਤੀ ਸਾਹਿਬ ਨਾਲ ਮੈਂ ਗੱਲ ਵੀ ਕਰ ਲਾਂਗਾ ਇਹਦੇ ਬਾਰੇ, ਡੈਫੀਨੇਟਲੀ ਤੁਸੀਂ ਚੰਗਾ ਕੀਤਾ ਫਲੈਗ ਕੀਤਾ ਇਸ਼ੂ, ਉਹਨਾਂ ਨਾਲ ਵੀ ਟੇਕਅਪ ਕਰਾਂਗੇ। ਸੋ ਮੈਂ ਤੁਹਾਡੇ ਸਾਰਿਆਂ ਦਾ, ਵੈਸੇ ਆਈ ਰੀਅਲੀ ਫੀਲ ਹੈਪੀ ਕਿ ਤੁਹਾਡੇ ਵੱਲੋਂ ਸਾਰਿਆਂ ਨੂੰ ਬੜਾ ਸਹਿਯੋਗ ਮਿਲਦਾ ਔਰ ਇਸੇ ਤਰ੍ਹਾਂ ਆਪਣਾ ਸਾਰਿਆਂ ਦਾ ਜਿਹੜਾ ਮੇਨ ਮੋਟਿਵ ਹੈ ਕਿ ਸਾਡਾ ਸਮਾਜ ਜਿਹੜਾ ਉਹ ਜਿੰਨਾ ਵੀ ਜੁਰਮ ਰਹਿਤ ਹੋ ਸਕੇ, ਜੁਰਮ ਹਮੇਸ਼ਾ ਖਤਮ ਤਾਂ ਕਦੇ ਹੁੰਦੇ ਨਹੀਂ ਪਰ ਚੱਲਦੇ ਰਹਿੰਦੇ ਆ, ਬਟ ਜਿੰਨਾ ਵੀ ਆਪਾਂ ਇਕੱਠੇ ਰਲ ਮਿਲ ਕੇ ਆਪਣੇ ਸਿਟੀਜ਼ਨ ਨੂੰ ਸਿਕਿਓਰ ਕਰ ਸਕੀਏ ਉਹਦੇ ਵੱਲ ਆਪਾਂ ਉੱਦਮ ਕਰਦੇ ਰਹੇ। ਯਾਰ ਮੈਂ ਇੱਕ ਬਿਗਨਿੰਗ ਕੀਤੀ ਹੈ, ਦੇਖੋ ਜਿਹੜੇ ਪ੍ਰਾਈਵੇਟ ਕੰਪਨੀਆਂ 'ਚ ਵੀ ਕੀ ਹੈ ਇਨਸੈਂਟਿਵ ਕੀ ਹੁੰਦਾ, ਇੰਪਲੋਈ ਆਫ ਦੀ ਮੰਥ ਕੱਢਦੇ ਆ ਉਹ। ਸੋ ਆ ਸਾਡੇ ਜਿਹੜੇ ਜਾਂਬਾਜ਼ ਅਫਸਰ ਨੇ ਪੁਲਿਸ ਦੇ, ਇਹ ਵੀ ਮਤਲਬ ਇਹਨਾਂ ਨੇ ਮਤਲਬ ਵਧੀਆ ਕੰਮ ਕੀਤਾ ਔਰ ਸਾਡਾ ਨਾਮ ਉੱਚਾ ਕੀਤਾ, ਸਮਾਜ ਵਾਸਤੇ ਵੀ ਇਹਨਾਂ ਦਾ ਕੰਟਰੀਬਿਊਸ਼ਨ ਹੈ। ਸੋ ਇਹਦਾ ਮੇਨ ਮੰਤਵ ਹੈ ਕਿ ਇਹ ਇਨਕਰੇਜ ਫੀਲ ਕਰਨ ਔਰ ਆਪਾਂ ਇੱਦਾਂ ਹੀ ਰਿਵਿਊ ਕਰਦੇ ਰਹਾਂ। ਉਹਦੀ ਵੀ ਮੈਂ ਦੱਸ ਰਿਹਾ, ਮੇਰੀ ਬੇਨਤੀ ਤਾਂ ਸੁਣ ਲਓ, ਬੇਨਤੀ ਤਾਂ ਸੁਣੋ। ਡੀ ਜੀ ਪੀ ਸਾਹਿਬ ਨਾਲ ਮੇਰੀ ਰਿਕੁਐਸਟ ਕੀਤੀ ਸੀ ਅੱਜ ਸਵੇਰੇ, ਉਹਨਾਂ ਨੇ ਮੈਨੂੰ ਕਿਹਾ ਕਿ ਕੈਸ਼ ਰਿਵਾਰਡ ਤੁਸੀਂ ਵੱਧ ਤੋਂ ਵੱਧ ਭੇਜ ਦਿਓ ਇਹਨਾਂ ਦੇ। ਸੋ ਉੱਥੋਂ ਸਾਨੂੰ ਵੱਡੇ ਗੱਫੇ ਮਿਲਣ ਦੀ ਆਸ ਹੈ। ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਬਹੁਤ ਲਿਬਰਲ ਨੇ ਕਿ ਜਿਹੜਾ ਪੁਲਿਸ ਮੁਲਾਜ਼ਮ ਚੰਗਾ ਕੰਮ ਕਰਦਾ ਉਹਨੂੰ ਹੋਰ ਕਰੋ। ਸੋ ਮੈਂ ਇਸ ਕਰਕੇ ਉੱਥੋਂ ਇਹਨਾਂ ਨੂੰ ਜਿਹੜੇ ਆ ਕੈਸ਼ ਰਿਵਾਰਡ ਵੀ ਦਵਾਂਗਾ, ਉੱਥੇ ਫੰਕਸ਼ਨ ਆਪਾਂ ਫੇਰ ਕਰਾਂਗੇ। ਵੇਰਕੇ ਦਾ ਦੇਖੋ, ਆਲਮ ਜੀ ਨੇ ਤੁਹਾਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਤਾ ਸੀ, ਤਿੰਨੋਂ ਬੰਦੇ ਆਈਡੈਂਟੀਫਾਈਡ ਹੈ, ਦੋ ਚਾਰ ਦਿਨ ਅੱਗੇ ਪਿੱਛੇ ਨੇ, ਕਿਸੇ ਵੀ ਟਾਈਮ ਕੰਮ ਹੋ ਸਕਦਾ, ਜਦੋਂ ਵੀ ਹੋਇਆ ਤੁਹਾਨੂੰ ਪਹਿਲਾਂ ਦੱਸਾਂਗੇ ਔਰ ਮੋਟਿਵ ਵੀ ਕਲੀਅਰ ਹੋ ਜਾਏਗਾ ਆਪਾਂ ਨੂੰ ਵੀ ਕੀ ਕਾਰਨ ਗਏ ਸੀ। ਪਰ ਬੰਦੇ ਅਸੀਂ ਤਿੰਨੋਂ ਆਈਡੈਂਟੀਫਾਈ ਕਰ ਚੁੱਕੇ ਹਾਂ ਉਹਦੇ 'ਚ, ਉਹਦਾ ਨਾਮ ਤਾਂ ਨਹੀਂ ਲੈ ਰਹੇ ਬਿਕੋਜ਼ ਫਿਰ ਬੰਦਾ ਹੋਰ ਚੁਸਤ ਹੋ ਜਾਂਦਾ। ਦੇਖੋ ਸਾਡੇ ਬਿਲਕੁਲ ਵਿਮੈਨ ਫੋਰਸ ਔਰ ਵਿਮੈਨ ਆਫਿਸਰ ਦਾ ਕੋਈ, ਅਸੀਂ ਤਾਂ ਕਦੇ ਇਹੋ ਜਿਹੀ ਡਿਸਕ੍ਰਿਮੀਨੇਸ਼ਨ ਹੋਣੀ ਨਹੀਂ ਚਾਹੀਦੀ। ਵੰਸ ਯੂ ਆਰ ਏ ਪੁਲਿਸ ਆਫਿਸਰ, ਯੂ ਆਰ ਏ ਪੁਲਿਸ ਆਫਿਸਰ, ਪੁਲਿਸ ਅਫਸਰ ਤਾਂ ਪੁਲਿਸ ਅਫਸਰ ਹੀ ਹੈ।